ਜਿਉਂਦੇ ਰਹਿਣ ਪਿੰਡਾਂ ਵਾਲੇ ਡਾਕਟਰ ਜਿਨ੍ਹਾਂ ਨੇ ਬਚਾ ਰੱਖਿਆ ਹੈ। ਡਿਗਰੀਆਂ ਵਾਲਿਆਂ ਨੇ ਤਾਂ ਲੁੱਟ ਦਾ ਕਹਿਰ ਮਚਾ ਰੱਖਿਆ ਹੈ। ਛੇ ਛੇ ਮਹੀਨੇ ਧਾਰ ਦਵਾਈਆਂ ਡਾਕਟਰ ਪਿੰਡਾਂ ਵਾਲੇ ਦਿੰਦੇ, ਮੱਧ ਵਰਗੀ ਤੇ ਗਰੀਬ ਵਿਚਾਰੇ ਇੰਨਾ ਆਸਰੇ ਜੀਂਦੇ। ਛੇ ਛੇ ਮਹੀਨੇ ਧਾਰ ਦਵਾਈਆਂ ਡਾਕਟਰ ਪਿੰਡਾਂ ਵਾਲੇ ਦਿੰਦੇ, ਮੱਧ ਵਰਗੀ ਤੇ ਗਰੀਬ ਵਿਚਾਰੇ ਇੰਨਾ ਆਸਰੇ ਜੀਂਦੇ। ਹਸਪਤਾਲਾਂ ਵਿੱਚ ਜਾਣ ਤੋਂ ਲੋਕੀ ਜਦ ਘਬਰਾਉਂਦੇ ਨੇ, ਆਖਰ ਨੂੰ ਪਿੰਡਾਂ ਵਾਲੇ ਡਾਕਟਰ ਹੀ ਕੰਮ ਆਉਂਦੇ ਨੇ। ਉਦੋਂ ਫਿਰ ਪਿੰਡਾਂ ਵਾਲੇ ਡਾਕਟਰ ਹੀ ਕੰਮ ਆਉਂਦੇ ਨੇ। ਸਾਰਾ ਸਾਰਾ ਦਿਨ ਮਰੀਜ਼ਾਂ ਦੀ ਸੇਵਾ ਲਈ ਪਿੰਡ ਵਿੱਚ ਘੁੰਮਦੇ ਰਹਿੰਦੇ, ਸਾਕ ਸੰਬੰਧੀਆਂ ਕੋਲ ਕਿਤੇ ਵੀ ਇੱਕ ਮਿੰਟ ਨਾ ਬਹਿੰਦੇ। ਸਸਤੇ ਦੇ ਵਿੱਚ ਇਲਾਜ ਨਹੀਂ ਕਰਦੇ, ਫੋਨ 'ਤੇ ਲੋਕ ਬੁਲਾਉਂਦੇ ਨੇ, ਆਖਰ ਨੂੰ ਪਿੰਡਾਂ ਵਾਲੇ ਡਾਕਟਰ ਹੀ ਕੰਮ ਆਉਂਦੇ ਨੇ। ਉਦੋਂ ਫਿਰ ਪਿੰਡਾਂ ਵਾਲੇ ਡਾਕਟਰ ਹੀ ਕੰਮ ਆਉਂਦੇ ਨੇ। ਕਰੋਨਾ ਵਰਗੀਆਂ ਬਿਮਾਰੀਆਂ ਤੋਂ ਲੋਕ ਹਸਪਤਾਲ ਜਾਣ ਤੋਂ ਡਰਦੇ, ਖੰਘ ਜ਼ੁਕਾਮ ਵਰਗੀਆਂ ਬਿਮਾਰੀਆਂ ਦਾ ਇਲਾਜ ਪਿੰਡਾਂ ਵਿੱਚ ਕਰਦੇ। ਔਖੇ ਸੌਖੇ ਰਾਤ ਬੁਰਾਤੇ ਜੋਗੇ ਵਾਲੀਆ ਮਰੀਜ਼ ਦਾ ਸਮਾਂ ਲਗਾਉਂਦੇ ਨੇ, ਆਖਰ ਨੂੰ ਪਿੰਡਾਂ ਵਾਲੇ ਡਾਕਟਰ ਹੀ ਕੰਮ ਆਉਂਦੇ ਨੇ। ਆਖਰ ਨੂੰ RMP ਡਾਕਟਰ ਹੀ ਕੰਮ ਆਉਂਦੇ ਨੇ। ਲੱਕ ਲਾਣ ਤਾਂ ਲਾਪਰੀ ਤੂਏ ਝੋਲਾ ਛਾਪ ਆਖ ਮਜ਼ਾਕ ਉਡਾਉਂਦੇ ਨੇ, ਆਖਰ ਨੂੰ ਪਿੰਡਾਂ ਵਾਲੇ ਡਾਕਟਰ ਹੀ ਕੰਮ ਆਉਂਦੇ ਨੇ। ਆਖਰ ਨੂੰ RMP ਡਾਕਟਰ ਹੀ ਕੰਮ ਆਉਂਦੇ ਨੇ। ਸੋ ਪਿੰਡਾਂ ਵਾਲੇ ਡਾਕਟਰਾਂ ਲਈ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਜੇ ਰੱਬ ਦਾ ਰੂਪ ਬੈਠੇ ਨੇ ਤਾਂ ਉਹ ਪਿੰਡਾਂ ਵਾਲੇ ਡਾਕਟਰ ਬੈਠੇ ਨੇ।